ਤਿੰਨ ਗੱਡੀਆਂ ਭਰੀਆਂ ਸੀ ਤਿੰਨ ਚਾਰ ਮੋਟਰਸਾਈਕਲ ਸੀਗੇ ਅੱਛਾ ਤੇ ਅਸਲਾ ਸੀ ਉਹਨਾਂ ਕੋਲ ਕਸਤਾ ਅੱਛਾ ਕਸਤਾ ਸੀ ਉਹਨਾਂ ਕੋਲ ਮੋਟੇ ਮੋਟੇ ਰੈਕ ਰੱਖੇ ਜਿੱਥੇ ਜਿੱਥੇ ਜਾ ਕੇ ਉਹਨਾਂ ਨੇ ਅੰਦਰ ਵਸਾ ਤੇ ਤਾਪੇ ਭੰਨ ਕੇ ਤੇ ਅੰਦਰ ਵਸਾ ਇਹਨਾਂ ਦੇ ਰਿਸ਼ਤੇਦਾਰ ਆਏ ਸੀਗੇ ਉਹਨਾਂ ਦੇ ਡਾਂਕਾ ਮਾਰ ਕੇ ਬਾਹਰ ਭੰਨ ਪਈਆਂ ਇਹਦੇ ਕਪਾਲ ਮਾਰੀ ਆ ਉਹਨਾਂ ਨੇ ਫਾਇਰ ਕਰਿਆ ਇੱਕ ਇੱਕ ਕਸਤਾ ਉਹਨਾਂ ਨੇ ਮੇਰੇ ਨਹੀਂ ਸਿੱਧਾ ਕਰਦਾ ਮੈਂ ਇੱਥੇ ਨਹੀਂ ਤੱਕ ਤੱਕ ਹੀ ਮਾਵਲਾ ਕੋਈ ਨਹੀਂ ਕਿ ਲੜਾਈ ਪਿੱਛੇ ਦੀ ਹੁੰਦੀ ਜੀ ਵਿੱਚ ਮੈਨੂੰ ਵੀ ਲੜਨ ਦੇ ਗਰੀਬ ਬੰਦੇ ਨੂੰ ਸਪੈਸ਼ੀ ਨਹੀਂ ਕਰਦੇ ਮਾਰਨ ਨੇ ਇੱਕ ਹੱਥੀਏ ਨਾਲ ਕੇ ਤੇ ਡਾਂਗਾ ਨਾ ਮੈਂ ਰੋਕੀ ਗਿਆ ਮੈਂ ਬਾਹਾਂ ਦੋਨੇ ਤੋੜ ਤੇ ਇਹਨਾਂ ਨੇ ਬਠਿੰਡਾ ਦੇ ਪਿੰਡ ਬਾਠ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੌਜੂਦਾ ਸਰਪੰਚ ਦੇ ਘਰ ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਡਾਂਗਾ ਕਰਪਾਨਾ ਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰ ਦਿੱਤਾ ਹਮਲਾਵਾਰਾਂ ਵੱਲੋਂ ਕੀਤੇ ਗਏ ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਸਰਪੰਚ ਦੀ ਪਤਨੀ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਰਨ ਵਾਲਾ ਵਿਅਕਤੀ ਸਰਪੰਚ ਦੇ ਤਾਏ ਦਾ ਲੜਕਾ ਸੀ ਤੇ ਸਰਪੰਚ ਦੀ ਪਤਨੀ ਉਸ ਦਾ ਭਤੀਜਾ ਤੇ ਸਰਪੰਚ ਜ਼ਖਮੀ ਹੋਏ ਹਨ ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ ਹਨ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਨੂੰ ਲੈ ਕੇ ਕੀਤਾ ਗਿਆ ਤੇ ਹਮਲਾ ਕਰਨ ਵਾਲੇ ਵਿਅਕਤੀ ਗੱਡੀਆਂ ਤੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਪੀੜਤ ਪਰਿਵਾਰ ਨੇ ਦੱਸਿਆ ਕਿ ਕੁਝ ਲੋਕਾਂ ਵੱਲੋਂ ਉਹਨਾਂ ਦੇ ਘਰ ਆ ਕੇ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਲੋਕ ਜ਼ਖਮੀ ਹੋਏ ਹਨ ਤੇ ਘਰ ਦੇ ਸਾਰੇ ਸਮਾਨ ਦਾ ਕਾਫੀ ਨੁਕਸਾਨ ਹੋ ਗਿਆ ਉਹਨਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਵੀ ਇਸੇ ਤਰ੍ਹਾਂ ਦਾ ਜਾਨਲੇਵਾ ਹਮਲਾ ਕੀਤਾ ਗਿਆ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਸਾਰਾ ਝਗੜਾ ਪਿਛਲੇ ਦਿਨੀ ਹੋਏ ਲੋਕਡਾਊਨ ਦੌਰਾਨ ਕਿਸੇ ਗੱਲ ਨੂੰ ਲੈ ਕੇ ਸ਼ੁਰੂ ਹੋਇਆ ਸੀ ਅਸੀਂ ਇਹਨਾਂ ਦੇ ਘਰੇ ਆ ਕੇ ਪਤਾ ਲਿਆ ਸਿੱਧੇ ਸਿੱਧੇ ਜਾ ਕੇ ਉਹਨਾਂ ਨੇ ਅੰਦਰ ਵਸਾ ਤੋੜੀ ਦੇ ਤਾਪੇ ਭੰਨ ਕੇ ਤੇ ਅੰਦਰ ਵਸਾ ਇਹਨਾਂ ਦੇ ਰਿਸ਼ਤੇਦਾਰ ਆਏ ਸੀਗੇ ਉਹਨਾਂ ਦੇ ਡਾਂਗਾ ਮਾਰ ਕੇ ਬਾਹਾਂ ਭੰਨ ਪਈਆਂ ਇਹਦੇ ਕਿਰਪਾਨ ਮਾਰੀ ਆ ਉਹਨਾਂ ਨੇ ਫਾਇਰ ਕਰਿਆ ਇੱਕ ਇੱਕ ਕਸਤਾ ਉਹਨਾਂ ਨੇ ਮੇਰੇ ਨਹੀਂ ਸਿੱਧਾ ਕਰਦਾ ਮੈਂ ਇੱਥੇ ਨਹੀਂ ਤੱਕਾ ਭੇਜਦਾ ਉਹਨਾਂ ਨੂੰ ਪਤਾ ਲੱਗ ਗਿਆ ਉਹ ਪ੍ਰੀਤੀਆ ਨਹੀਂ ਮਾਰਿਆ ਮੇਰੇ ਬਾਅਦ 'ਚ ਜੀ ਉਹਨਾਂ ਨੇ ਗੋਲੀਆਂ ਪਸਤੌਲ ਚਲਾਏ ਉਹਨਾਂ ਨੇ ਬਾਹਰ ਖੜ ਕੇ ਬਹੁਤ ਗੋਲੀਆਂ ਚਲਾਈਆਂ ਕਿੰਨੇ ਬੰਦੇ ਜ਼ਖਮੀ ਹੋਏ ਬੰਦੇ ਜੀ ਇਹ ਤਿੰਨ ਜ਼ਖਮੀ ਹੋ ਗਏ ਇਹਦੇ ਜਿਹੜਾ ਵੱਡੇ ਜੇਠ ਦਾ ਮੁੰਡਾ ਸੀ ਉਹਦੇ ਇੱਥੋਂ ਦੀ ਗੋਲੀ ਖਾ ਕੇ ਕੁਲਵਿੰਦਰ ਸਿੰਘ ਜੀ ਤੁਸੀਂ ਸਰਪੰਚ ਪਿੰਡ ਦੇ ਹਾਂਜੀ ਕੀ ਮਾਮਲਾ ਕੀ ਹੋਇਆ ਸੀਗਾ ਮਾਮਲਾ ਇਹ ਕੋਈ ਨਹੀਂ ਕਿ ਲੜਾਈ ਪਿੱਛੇ ਦੀ ਹੁੰਦੀ ਜੀ ਵਿੱਚ ਮੈਨੂੰ ਵੀ ਲੜਨ ਦੇ ਗਰੀਬ ਬੰਦੇ ਨੂੰ ਸਪੈਸ਼ੀ ਨਹੀਂ ਕਰਦੇ ਅੱਛਾ ਕਿੰਨੇ ਕੁ ਬੰਦੇ ਆਏ ਸੀਗੇ ਕੀ ਗੁੱਸੇ ਸੀ ਉਹਨਾਂ ਕੋਲ ਸੱਤ ਬੰਦੇ ਤਾਂ ਸੀਗੇ ਪਿੰਡ ਦੇ ਜੀ ਅੱਛਾ ਕੁਛ ਬਾਹਰੋਂ ਆਏ ਤਿੰਨ ਗੱਡੀਆਂ ਸੀਗੀਆਂ ਤੇ ਇੱਕ ਤਾਂ ਮੋਟਰਸਾਈਕਲ ਵੀ ਬਚਾ ਕੇ ਜਿਹੜੀ ਕਿ ਆਪਾਂ ਬਾਹਰ ਨਹੀਂ ਮੇਰੇ ਰਿਸ਼ਤੇਦਾਰ ਆਏ ਸੀਗੇ ਅੰਦਰ ਬੈਠੇ ਸੀਗੇ ਅੱਛਾ ਜੀ ਮਹਾਰਾਜ ਤੁਹਾਡੇ ਕਿਸ ਨਾਲ ਫਾਇਰ ਕੀਤਾ ਜੀ ਫਾਇਰ ਕਰਿਆ ਜੀ ਉਹਨਾਂ ਨੇ ਵਾਧੂ ਸਾਰਾ ਨੁਕਸਾਨ ਕਰਕੇ ਮੇਰੇ ਜਿਹੜੀ ਕਜੋੜੀ ਪੱਲਾ ਸਾਰਾ ਘਰ ਤੋੜ ਕੇ ਕੈਂਫਰ ਕੱਲਾ ਪੱਖਾ ਸਾਰਾ ਕੁਛ ਭੰਨਿਆ ਪਿਆ ਜੀ ਘਰੇ ਫਾਇਰ ਕਰੀ ਗਏ ਮੈਨੂੰ ਜ਼ਰੂਰੀਆਂ ਦਰਦ ਕਰ ਕਰ ਉਹਨੂੰ ਕਹਿ ਰਿਹਾ ਜੀ ਜਦੋਂ ਬਾਹਰ ਖਿੱਚ ਲੈਂਦੇ ਨੇ ਮੇਰੇ ਫਿਰ ਮਾਰਨ ਨੇ ਇੱਕ ਹੱਥੀਏ ਨਾਲ ਕੇ ਤੇ ਡਾਂਗਾ ਨਾ ਮੈਂ ਰੋਕੀ ਗਿਆ ਮੇਰੇ ਬਾਹਾਂ ਦੋਨੇ ਤੋੜ ਤੇ ਇਹਨਾਂ ਨੇ ਕਿੰਨੇ ਬੰਦੇ ਜ਼ਖਮੀ ਹੋਏ ਤੁਹਾਡੇ ਸਾਡੇ ਤਿੰਨ ਜ਼ਖਮੀ ਹੋ ਗਏ ਜੀ ਕਾਰਵਾਈ ਹੋਣੀ ਚਾਹੀਦੀ ਜੀ ਪਹਿਲਾਂ ਵੀ ਮੇਰੇ ਭਾਈ ਦੇ ਫਾਇਰ ਵੱਜਿਆ ਅੱਜ ਤੋਂ ਤਿੰਨ ਦਿਨ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਜੀ ਅੱਛਾ ਇਹ ਤੁਹਾਡੇ ਨਾਲ ਕੀ ਰੰਜਿਸ਼ ਕਾਹਦੀ ਸੀ ਇਹਦੇ ਚ ਕੋਈ ਪਤਾ ਨਹੀਂ ਜੀ ਨਾ ਹੀ ਕੋਈ ਦੱਸਦੇ ਆ ਪ੍ਰਸ਼ਾਸਨ ਉਹਨਾਂ ਨੂੰ ਸੱਦ ਕੇ ਇਹ ਨਿਆਂ ਕਰੇ ਇਹਨਾਂ ਦਾ ਵੀ ਛੋਟੀ ਦੱਸੋ ਕਿ ਇਹਦੇ ਨਾਲ ਹੋਊਗੀ ਗੱਲਬਾਤ ਕਿਵੇਂ ਆ ਕੀ ਕਹਿਣ ਨੂੰ ਵੀ ਕੀ ਹੋਇਆ ਕੀ ਮਾਮਲਾ ਕੀ ਹੋਇਆ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕੀ ਮਾਮਲਾ ਕੀ ਹੈ ਮਾਮਲਾ ਨਾਲ ਕੋਈ ਪੁਰਾਣੀ ਰੰਜਿਸ਼ ਚੱਲਦੀ ਸੀ
ਲੋਕਡਾਊਨ ਤੋਂ ਅੰਮ੍ਰਿਤਪਾਲ ਆ ਤੇ ਕੈਦੀ ਨੂੰ ਸਜ਼ਾ ਹੋਈ ਹੈ ਛੁੱਟੀ ਆਇਆ ਸੀਗਾ ਉਹਦੇ ਪਿੰਡ ਚ ਪਾਸੇ ਆਸੇ ਤੋਂ ਬੰਦੇ ਲੈ ਕੇ ਵੜਦਾ ਸੀਗਾ ਸਰਪੰਚ ਪਾਰਟੀ ਹੋ ਗਈ ਸੀ ਦੋ ਦਿਨ ਪਹਿਲਾਂ ਵੀ ਇਸ ਤਰ੍ਹਾਂ ਦੀ ਵਾਰਦਾਤ ਹੋਈ ਉਸ ਤੇ ਕੀ ਕਾਰਵਾਈ ਹੋਈ ਹੈ ਉਹ ਚੱਲੀ ਜਾਂਦੀ ਹੋਗੀ ਜੋ ਬਿਆਨ ਲਿਖਣ ਦੇ ਇਸ ਮਾਮਲੇ ਵਿਚ ਡਾਕਟਰ ਦਾ ਕੀ ਕਹਿਣਾ ਆਓ ਸੁਣਦੇ ਆ ਮੈਂ ਡਾਕਟਰ ਗੁਰਜੀਵਨ ਸਿੰਘ ਡੀਐਮਓ ਸਿਵਲ ਹਸਪੀਟਲ ਬਠਿੰਡੇ ਆਪਾਂ ਇਹ ਅਲੈਜਡ ਹਿਸਟਰੀ ਹੈ ਗਨਸ਼ਾਟ ਦਾ ਲੱਗਦਾ ਕੇਸ ਤੇ ਲੈਫਟ ਥਾਈ ਤੇ ਹੈ ਅਪਰ ਰੀਜਨ ਤੇ ਪ੍ਰੋਕਸੀਮਲ ਰੀਜਨ ਦੇ ਅਪਰ ਪਾਰਟ ਤੇ ਤੇ ਬਾਕੀ ਦੇਖੋ ਇੱਕ ਵਾਰ ਰੈਫਰ ਕੀਤੇ ਆਪਾਂ ਇੱਥੋਂ ਫਰੀਦਕੋਟ ਕਿੰਨੇ ਬੰਦੇ ਰੈਫਰ ਕੀਤੇ ਕਿੰਨੇ ਬੰਦੇ ਰੈਫਰ ਕੀਤੇ ਰੈਫਰ ਇੱਕ ਪੇਸ਼ੈਂਟ ਕੀਤਾ ਹੈ ਜੀ ਗਨਸ਼ਾਟ ਵਾਲਾ ਅੱਛਾ ਜੀ ਹਾਂਜੀ ਕੋਈ ਡੈਥ ਡਿਪਾਰਟਮੈਂਟ ਤੋਂ ਆਏ ਨੇ ਕਹਿੰਦੇ ਜਿਵੇਂ ਦੱਸ ਰਹੇ ਆ ਜੋ ਕੋਈ ਡੈਥ ਵੀ ਹੋਈ ਵੀ ਹਾਂ ਇੱਕ ਪੇਸ਼ੈਂਟ ਦੀ ਡੈਥ ਹੋਈ ਹੈ ਉਹਨਾਂ ਦਾ ਨਾਮ ਹੈਗਾ ਆਪਣਾ ਸੁਖਰਾਜ ਸਿੰਘ ਉਹ ਵੀ ਅਪਾਰਟਮੈਂਟ ਦੇ ਗਨਸ਼ਾਟ ਨਹੀਂ ਹੋਇਆ ਨਹੀਂ ਨਹੀਂ ਉਹ ਗਨਸ਼ਾਟ ਉਹ ਅਜੇ ਕੁਛ ਕਹਿ ਨਹੀਂ ਸਕਦੇ ਕੱਲ੍ਹ ਨੂੰ ਪੋਸਟਮਾਰਟਮ 'ਚ ਕਲੀਅਰ ਹੋਊਗਾ ਪੇਸ਼ੈਂਟ ਬਲੱਡ ਡੈਡ ਸੀਗਾ ਸਰ ਪੇਸ਼ੈਂਟ ਬਲੱਡ ਡੈਡ ਸੀ ਜਿਹੜੀ ਆਪਾਂ ਲੇਡੀਜ਼ ਹੈਗੀ ਆ ਉਹਦੇ ਵੀ ਹਾਂ ਲੇਡੀਜ਼ ਦੇ ਵੀ ਹੈਗੀ ਇੰਜਰੀ ਉਹਨਾਂ ਦੇ ਫੋਰਹੈਡ ਤੇ ਉਹ ਵੀ ਗਨਸ਼ਾਟ ਦੇ ਨਾਲ ਹੀ ਨਹੀਂ ਨਹੀਂ ਗਨਸ਼ਾਟ ਨਹੀਂ ਲੱਗਦਾ ਉਹ ਗਨਸ਼ਾਟ ਨਹੀਂ ਜਿਹੜਾ ਬੰਦਾ ਰੈਫਰ ਕੀਤਾ ਉਹ ਗਨਸ਼ਾਟ ਉਹ ਗਨਸ਼ਾਟ ਟੋਟਲ ਜਖਮੀ ਨਹੀਂ ਨਹੀਂ ਆਪਾਂ ਉਹ ਨਹੀਂ ਕਹਿ ਸਕਦੇ ਉਹ ਤਾਂ ਸਪੈਸ਼ਲਿਸਟ ਦੇ ਉਸ ਤੋਂ ਬਾਅਦ ਜੋ ਰਿਪੋਰਟ ਆਊਗੀ ਉਸ ਤੋਂ ਬਾਅਦ ਡਿਕਲੇਅਰ ਕਰਾਂਗੇ ਆਪਾਂ ਵੈਪਨ ਟੋਟਲ ਕਿੰਨੇ ਬੰਦੇ ਆਏ ਇੱਥੇ ਟੋਟਲ ਆਪਣੇ ਕੋਲ ਆਏ ਨੇ ਤਿੰਨ ਇੰਜਰਡ ਆਏ ਨੇ ਇੱਕ ਡੈਡ ਬੋਡ ਬਰੋਡ ਡੈਡ ਆਇਆ ਪੁਲਿਸ ਨੂੰ ਦਿੱਤੀ ਜਾਣਕਾਰੀ ਹਾਂਜੀ ਹਾਂਜੀ ਉਹਨਾਂ ਨੂੰ ਰੁਕ ਭੇਜਤਾ ਬਾਕੀ ਇੱਥੇ ਹੈਗੀ ਹੈ ਪੁਲਿਸ ਆਲਰੇਡੀ ਤੇ ਸਟੇਟਮੈਂਟ ਵਗੈਰਾ ਲੈ ਰਹੇ ਨੇ ਬਠਿੰਡਾ ਤੋਂ ਜੱਸੀ ਬਰਾੜ ਦੀ ਰਿਪੋਰਟ ਏਵਨ ਪੰਜਾਬੀ ਟੀਵੀ ਜਦੋਂ ਸਮੱਸਿਆ ਦਾ ਹੈ ਹੱਲ ਫਿਰ ਕਿਉਂ ਹੋ ਪਰੇਸ਼ਾਨ ਜਿਵੇਂ ਮਨ ਚ ਆਇਆ ਪਿਆਰ ਪਤੀ ਪਤਨੀ ਚ ਅਣਬਣ ਕਾਲੇ ਜਾਦੂ ਦਾ ਖਾਤਮਾ ਵਸ਼ੀਕਰਨ ਲਾਟਰੀ ਨੰਬਰ ਪਾਓ ਪਿਆਰ ਵਿੱਚ ਧੋਖਾ ਖਾਧੇ ਹੋਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ ਸੰਪਰਕ ਕਰੋ ਵਿਸ਼ਵਨਾਥ ਤਾਂਤਰੇ ਤੁਸੀਂ ਸੰਪਰਕ ਕਰ ਸਕਦੇ ਹੋ 90244 70842